ਸਤਿ ਸ਼੍ਰੀ ਅਕਾਲ ਪ੍ਰਧਾਨ ਜੀ, ਮੈਂ ਹਾਂ ਸੁਰਿੰਦਰ ਡੱਲਾ। ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਮੰਨੀਆਂ ਪ੍ਰਮੰਨੀਆਂ ਰਾਜਨੀਤਿਕ ਹਸਤੀਆਂ ਦੇ ਨਾਲ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਹਲਕਾ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ, ਜਿਹੜੇ ਕਿ ਕੁਲਦੀਪ ਸਿੰਘ ਵਡਾਲਾ ਦੇ ਪੁੱਤਰ ਨੇ ਅਤੇ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚੇ। ਤਾਂ ਉਹ ਕਰਦੇ ਹਾਂ ਉਹਨਾਂ ਦੇ ਨਾਲ ਮੁਲਾਕਾਤ। ਕਿਵੇਂ ਕਰਦੇ ਹੋ ਜੀ ਦਿਨ ਦੀ ਸ਼ੁਰੂਆਤ? ਬਹੁਤ ਬਹੁਤ ਮਿਹਰਬਾਨੀ। ਸਵੇਰ ਤੋਂ ਲੈ ਕੇ ਜਿਹੜੇ ਸਾਡੇ ਹਲਕੇ ਦੀ ਪਬਲਿਕ ਆ, ਪਿੰਡਾਂ ਦੇ ਮੂਹਤਵਾਰ ਸੱਜਣੇ ਲੀਡਰ ਨੇ, ਸਰਪੰਚ ਸਾਹਿਬ ਨੇ, ਉਹ ਇੱਥੇ ਪਹਿਲਾਂ ਅਧਿਕਾਰ ਆਉਂਦੇ ਨੇ, ਆਪਣੇ ਜਿਹੜੇ ਕੰਮ ਹੁੰਦੇ ਉਹਨਾਂ ਦੇ ਹਲਕੇ ਵਾਸਤੇ, ਪਿੰਡਾਂ ਵਾਸਤੇ ਵੱਖੋ ਵੱਖਰੇ ਦਫ਼ਤਰਾਂ ਨੂੰ ਆਪਣੇ ਕਹਿਣਾ ਹੁੰਦਾ ਆ, ਕੰਮਾਂ ਬਾਰੇ ਦੱਸਣਾ ਹੁੰਦਾ। ਪਹਿਲਾਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਥੋਂ ਮਿਲ ਕੇ ਅਤੇ ਉਹਨਾਂ ਦੇ ਕੰਮ ਨਿਪਟਾ ਕੇ ਉਹਨਾਂ ਨੂੰ ਤੋਰਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਆਪਣੇ ਹਲਕੇ ਜਾਂਦੇ ਹਾਂ, ਕੋਈ ਫੰਕਸ਼ਨ ਹੋਵੇ, ਕੋਈ ਭੋਗ ਜਾਂ ਵਿਆਹ ਜਾਂ ਕੋਈ ਹੋਰ ਕਿਸੇ ਵੀ ਕਿਸਮ ਦਾ ਫੰਕਸ਼ਨ ਹੋਵੇ, ਉੱਥੇ ਜਾ ਕੇ ਹਲਕੇ 'ਚ ਅਟੈਂਡ ਕਰਦੇ ਹਾਂ। ਅਤੇ ਕਿਹੋ ਜਿਹੀਆਂ ਚੁਣੌਤੀਆਂ ਨੇ ਨਕੋਦਰ ਨੂੰ, ਕਿਉਂਕਿ ਤੁਹਾਡਾ ਪਰਿਵਾਰ ਥੋੜ੍ਹਾ ਜਿਹਾ ਵੱਖ ਰਿਹਾ ਹਲਕੇ ਤੋਂ, ਅਕਾਲੀ ਦਲ ਦੇ ਨਾਲ ਜੁੜਾਅ ਦੀ ਜੇ ਮੈਂ ਗੱਲ ਕਰਾਂ, ਅਤੇ ਹੁਣ ਦੁਬਾਰਾ ਜਦੋਂ ਇਹ ਸਾਂਝ ਬਹੁਤ ਮਜ਼ਬੂਤ ਹੋਈ ਹੈ, ਇੱਕ ਨੌਜਵਾਨ MLA ਹਲਕੇ ਨੂੰ ਮਿਲਿਆ, ਹੁਣ ਕਿਹੋ ਜਿਹੀਆਂ ਚੁਣੌਤੀਆਂ ਨੇ ਤੁਹਾਡੇ ਲਈ ਵੀ ਔਰ ਹਲਕੇ ਲਈ? ਹਲਕੇ ਵਾਸਤੇ ਤਾਂ ਬਹੁਤ ਦਰਪੇਸ਼ ਮਸਲੇ ਸਾਹਮਣੇ ਖੜ੍ਹੇ ਨੇ, ਜਿਹੜੇ ਬੜੇ ਲੰਬੇ ਸਮੇਂ ਤੋਂ ਹੱਲ ਨਹੀਂ ਹੋ ਸਕੇ, ਕਰਕੇ ਹਲਕਾ ਕਾਫੀ ਚਿਰ ਤੋਂ ਕਾਂਗਰਸ ਕੋਲ ਰਿਹਾ, ਅਤੇ ਕਾਂਗਰਸ ਦਾ ਜਿਹੜਾ ਸਾਡਾ ਵਿਰੋਧੀ ਸੀਗਾ ਕੈਂਡੀਡੇਟ, MLA ਵੀ ਰਿਹਾ, ਵਜ਼ੀਰ ਵੀ ਰਿਹਾ, ਉਹ ਤੋਂ ਹਲਕੇ ਵਾਸਤੇ ਕੁਛ ਕੰਮ ਕਰ ਨਹੀਂ ਹੋਇਆ। ਜਿਹੜਾ ਬੁਨਿਆਦੀ ਢਾਂਚਾ ਬਿਲਕੁਲ ਹਜੇ ਬਣਨ ਵਾਲਾ ਆ, ਲੋਕਾਂ ਨੂੰ ਸਹੂਲਤਾਂ ਮਿਲਣ ਵਾਲੀਆਂ ਨੇ, ਚਾਹੇ ਉਹ ਵਾਟਰ ਸਪਲਾਈ ਆ, ਸੀਵਰੇਜ ਆ, ਸੜਕਾਂ ਆ, ਜਾਂ ਪਿੰਡਾਂ ਦੀ ਡਿਵੈਲਪਮੈਂਟ ਆ। ਅਸੀਂ ਸਾਡਾ ਬਹੁਤ ਲੰਬੇ ਸਮੇਂ ਤੋਂ ਇਸ ਹਲਕੇ ਦੇ ਨਾਲ ਸੰਬੰਧ ਆ। ਵਡਾਲਾ ਸਾਹਿਬ ਇੱਕ ਵਾਰੀ MLA ਬਣੇ ਜਿਉਂ ਦੇਸ਼ ਦੀ ਆਜ਼ਾਦੀ ਤੋਂ ਬਾਅਦ 1985 ਵਿੱਚ, ਨਹੀਂ ਤਾਂ ਲਗਾਤਾਰ ਨਕੋਦਰ ਹਲਕੇ ਤੋਂ ਕਾਂਗਰਸ ਦਾ MLA ਬਣਦਾ ਆ, ਅਤੇ ਦੂਸਰੀ ਵਾਰ ਹੁਣ ਮੈਂ ਬਣਿਆ। ਲੋਕਾਂ ਨੇ, ਸਾਰਿਆਂ ਨੇ ਇਹਨਾਂ ਵੀਰਾਂ ਨੇ, ਸੱਜਣਾਂ ਨੇ ਬੜਾ ਨਵਾਜਿਆ, ਬੜਾ ਪਿਆਰ ਦਿੱਤਾ, ਅਤੇ ਬੜੀ ਵੱਡੀ ਜ਼ਿੰਮੇਵਾਰੀ ਆ ਜਿਹੜੀ ਹੁਣ ਅਸੀਂ ਸਾਰਿਆਂ ਨੇ ਰਲ ਕੇ ਇਮਾਨਦਾਰੀ ਨਾਲ, ਤਨਦੇਹੀ ਨਾਲ, ਅਤੇ ਉਹਨਾਂ ਸਿਦਕ ਦਿਲੀ ਨਾਲ ਨਿਭਾਉਣੀ, ਡੈਡੀਕੇਸ਼ਨ ਨਾਲ ਨਿਭਾਉਣੀ ਆ, ਅਤੇ ਬਹੁਤ ਸਾਰੇ ਮਸਲੇ ਨੇ ਜਿਹੜੇ ਹੱਲ ਕਰਾਂਗੇ ਆਉਣ ਵਾਲੇ ਸਮੇਂ 'ਚ। ਸੋ ਗੁਰਪ੍ਰਤਾਪ ਸਿੰਘ ਵਡਾਲਾ ਬਹੁਤ ਸੁਚੇਤ ਨੇ, ਉਹਨਾਂ ਨੂੰ ਪਤਾ ਕਿ ਹਲਕੇ ਦੇ ਵਿੱਚ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ। ਅਸੀਂ ਸਾਰਾ ਦਿਨ ਉਹਨਾਂ ਦੇ ਨਾਲ ਗੁਜ਼ਾਰਾਂਗੇ, ਹਲਕਾ ਦੇਖਾਂਗੇ, ਸਮੱਸਿਆਵਾਂ ਦੇਖਾਂਗੇ, ਕਿਹੋ ਜਿਹੀਆਂ ਚੁਣੌਤੀਆਂ ਨੇ, ਕਿਵੇਂ ਉਹ ਨਿਬੜਦੇ ਨੇ, ਇਹ ਸਾਰਾ ਕੁਝ ਦੇਖਾਂਗੇ। ਤੁਸੀਂ ਬਣੇ ਰੋਜ਼ੀ ਪੰਜਾਬੀ। ਜੀ ਨਹੀਂ, ਇਹ ਕੋਈ ਸਰਕਾਰੀ ਦਫ਼ਤਰ ਨਹੀਂ, ਪਰ ਭੀੜ ਦਾ ਨਜ਼ਾਰਾ ਉਸੇ ਤਰ੍ਹਾਂ ਦਾ ਹੈ ਜਿਵੇਂ ਸਰਕਾਰੀ ਦਫ਼ਤਰਾਂ ਵਿੱਚ ਹੁੰਦਾ ਹੈ। ਪਰ ਇਹ ਵੀ ਸੱਚਾਈ ਹੈ ਕਿ ਇੱਥੇ ਰੁਕੇ ਹੋਏ ਸਰਕਾਰੀ ਕੰਮਾਂ ਦੀ ਦਵਾਈ ਦਿੱਤੀ ਜਾਂਦੀ ਹੈ। ਪ੍ਰਧਾਨ ਜੀ ਉਹਨਾਂ ਸਾਰੇ ਅਫਸਰਾਂ ਨੂੰ ਟੈਲੀਫੋਨ 'ਤੇ ਟੌਨਿਕ ਪਿਲਾਉਂਦੇ ਨੇ ਜਿਹੜੇ ਲੋਕਾਂ ਦੇ ਜਾਇਜ਼ ਕੰਮਾਂ ਨੂੰ ਕਰਨ ਵਿੱਚ ਢਿੱਲਮੱਠ ਵਰਤਦੇ ਨੇ। ਭੀੜ ਵਰਕਰਾਂ ਅਤੇ ਹਲਕੇ ਦੇ ਆਮ ਲੋਕਾਂ ਦੀ ਹੈ ਜਿਹੜੇ ਰੁਕੇ ਹੋਏ ਕੰਮਾਂ ਨੂੰ ਨੇਪਰੇ ਚੜਾਉਣ ਲਈ ਵੱਡੀ ਉਮੀਦ ਲੈ ਕੇ ਪਹੁੰਚੇ ਹੋਏ ਨੇ। ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਵਡਾਲਾ ਵਿੱਚ ਨੌਜਵਾਨ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦਾ ਇਹ ਖੁੱਲ੍ਹਾ ਘਰ ਸਵੇਰੇ ਸ਼ਾਮ ਇਸੇ ਤਰ੍ਹਾਂ ਦਿਖਦਾ ਹੈ। ਇੱਥੋਂ ਨਿਕਲਣ ਮਗਰੋਂ ਵੀ ਵੱਖ ਵੱਖ ਥਾਈਂ ਮੀਟਿੰਗਾਂ ਦਾ ਨਜ਼ਾਰਾ ਇਸੇ ਤਰ੍ਹਾਂ ਦਾ ਹੁੰਦਾ ਹੈ। ਧੰਨਵਾਦ ਦੌਰੇ ਅਤੇ ਵੋਟਾਂ ਪਾਉਣ ਲਈ ਮੀਟਿੰਗਾਂ ਕਰਕੇ ਲੋਕਾਂ ਦਾ ਧੰਨਵਾਦ, ਅਤੇ ਕਿਤੇ ਕਿਤੇ ਪਾਰਟੀ ਦੇ ਕੰਮਾਂ ਕਾਰਾਂ ਅਤੇ ਵਿਕਾਸ ਕੰਮਾਂ ਨਾਲ ਜੁੜੀਆਂ ਮੀਟਿੰਗਾਂ। ਨਵੇਂ ਬਣੇ ਵਿਧਾਇਕ ਜ਼ਿਆਦਾਤਰ ਸਮਾਂ ਆਮ ਲੋਕਾਂ ਵਿੱਚ ਹੀ ਗੁਜ਼ਾਰ ਰਹੇ ਨੇ। ਇੱਥੋਂ ਅਸੀਂ ਕੁਝ ਸਮੇਂ ਲਈ ਉਹਨਾਂ ਤੋਂ ਵੱਖ ਹੋਏ ਅਤੇ ਨਿਕਲੇ ਹਲਕੇ ਦੇ ਦੌਰੇ ਲਈ। ਕੈਮਰੇ ਦੀ ਪਹਿਲੀ ਨਜ਼ਰ ਵਿੱਚ ਹੀ ਨਕੋਦਰ ਵਿਕਾਸ ਪੱਖੋਂ ਬਹੁਤ ਪਛੜਿਆ ਇਲਾਕਾ ਨਜ਼ਰ ਆਇਆ। ਮੁੱਖ ਸੜਕਾਂ ਦੀ ਬੇਤਰਤੀਬੀ, ਵਿਉਂਤਬੰਦੀ ਤੋਂ ਲੈ ਕੇ ਸੀਵਰੇਜ ਅਤੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਲੋਕ ਦੁਖੀ ਨੇ। ਜ਼ਿਲ੍ਹਾ ਜਲੰਧਰ ਦੇ ਅਧੀਨ ਅਰਧ ਸ਼ਹਿਰੀ ਖੇਤਰ ਹੋਣ ਕਰਕੇ ਨਕੋਦਰ ਥੋੜ੍ਹੀ ਬਹੁਤ ਉਦਯੋਗਿਕ ਪਹਿਚਾਣ ਵੀ ਰੱਖਦਾ ਸੀ, ਪਰ ਉਦਯੋਗ ਕਾਰੋਬਾਰ ਦੀ ਤਰੱਕੀ ਵੱਲ ਕਿਸੇ ਵੀ ਸਰਕਾਰ ਨੇ ਬਹੁਤਾ ਧਿਆਨ ਨਹੀਂ ਦਿੱਤਾ। ਰੁਜ਼ਗਾਰ ਪੱਖੋਂ ਵੀ ਲੋਕ ਬਹੁਤ ਔਖੇ ਨੇ। ਸਾਡੇ ਜਿਹੜੇ MLA ਆ ਬੜੇ ਯੰਗ ਬਲੱਡ ਆ ਜੀ, ਉਹਨਾਂ ਨੂੰ ਉਹਨਾਂ 'ਚ ਪੋਟੈਂਸ਼ੀਅਲ ਵੀ ਹੈਗੀ ਆ, ਉਹਨਾਂ 'ਚ ਜੋਸ਼ ਵੀ ਹੈਗਾ ਕੰਮ ਕਰਨ ਵਾਸਤੇ। ਸਾਡੀ ਮੇਨ ਜਿਹੜੀ ਨਕੋਦਰ ਦੀ ਸਮੱਸਿਆ ਉਹਦਾ ਵਾਟਰ ਸਪਲਾਈ ਦੀ ਹੈ ਜੀ, ਜਿਹੜੇ ਟ੍ਰੀਟਮੈਂਟ ਪਲਾਂਟ ਲੱਗਣੇ ਚਾਹੀਦੇ ਆ, ਕਿਉਂਕਿ ਪਾਣੀ ਨਿਕਾਸੀ ਪਾਣੀ ਦੀ ਬਿਲਕੁਲ ਨਹੀਂ ਹੈਗੀ ਇੱਥੇ। ਪਲੱਸ ਬਾਕੀ ਵੀ ਜਿਹੜੀਆਂ ਸਾਡੀ ਇੰਡਸਟਰੀ ਵਾਸਤੇ ਮੇਨ ਫੋਕਲ ਪੁਆਇੰਟ ਹੋਣਾ ਚਾਹੀਦਾ ਇੱਥੇ, ਜਿੱਥੇ ਕਿ ਇੱਕ ਫੋਕਲ ਪੁਆਇੰਟ ਵਿੱਚ ਸਾਰੀ ਇੰਡਸਟਰੀਜ਼ ਇੱਕ ਜਗ੍ਹਾ ਹੋਵੇ, ਔਰ ਗੌਰਮੈਂਟ ਉਹਨਾਂ ਨੂੰ ਕੋਈ ਸਬਸਿਡੀਜ਼ ਵਗੈਰਾ, ਕੋਈ ਸਕੂਲ ਬੈਨੀਫਿਟਸ ਵਗੈਰਾ ਦੇਵੇ, ਜਿਹੜੇ ਗੌਰਮੈਂਟ ਕਿਸੇ ਵੀ ਗੌਰਮੈਂਟ ਨੇ ਹਾਲੇ ਤੱਕ ਦਿੱਤੇ ਨਹੀਂ ਹੈ। ਔਰ ਇਹਨਾਂ ਤੋਂ ਸਾਨੂੰ ਇਹੀ ਉਮੀਦ ਆ ਵੀ ਸਾਡੀ ਜਿਹੜੀ ਇੰਡਸਟਰੀ ਕੋਈ ਇੱਥੇ ਸਿਨੇਮਾ ਪ੍ਰੋਜੈਕਟ ਜਿਹੜਾ ਬਣ ਰਿਹਾ ਸੀ ਉਹ ਵੀ ਹੌਲੀ ਹੌਲੀ ਬੰਦ ਹੋ ਗਿਆ, ਜਿਹੜੀਆਂ ਦਰੀਆਂ ਵਗੈਰਾ ਦਾ ਕੰਮ ਸੀਗਾ ਉਹ ਵੀ ਹੌਲੀ ਹੌਲੀ ਥੱਲੇ ਜਾ ਰਿਹਾ, ਕਿਉਂਕਿ ਮੈਨੂਅਲੀ ਸੀਗਾ ਸਾਰਾ। ਉਹ ਅਸੀਂ ਗੌਰਮੈਂਟ ਤੋਂ ਇਹੀ ਚਾਹੁੰਦੇ ਹਾਂ ਵੀ ਜਿਹੜੀ ਇੰਡਸਟਰੀ ਹੌਲੀ ਹੌਲੀ ਬੰਦ ਹੋ ਰਹੀ ਹੈ, ਕੁਛ ਬੱਦੀ ਵਗੈਰਾ ਜਾ ਰਹੀ ਹਿਮਾਚਲ 'ਚ,
ਇੱਕ ਇਹ ਇੰਡਸਟਰੀ ਨੂੰ ਪ੍ਰਮੋਟ ਕਰੇ ਜਿਹਦੇ ਨਾਲ ਕਿ ਅਸੀਂ ਹੋਰ ਵੀ ਜ਼ਿਆਦਾ, ਕਿਉਂਕਿ ਅਸੀਂ ਇੱਥੇ ਬਹਿ ਕੇ ਤਾਂ ਆਲ ਓਵਰ ਵਰਲਡ ਮਾਲ ਜਿਹੜੇ ਮਾਲ ਐਕਸਪੋਰਟ ਕਰ ਰਹੇ ਹਾਂ, ਸਾਨੂੰ ਥੋੜ੍ਹਾ ਪੁਸ਼ਅਪ ਮਿਲੇ ਅਤੇ ਅਸੀਂ ਥੋੜ੍ਹਾ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਸਕੀਏ। ਇੱਥੇ ਪਿਛਲੇ ਜਿਹੜੇ ਜਿੱਥੇ MLA ਲਗਾਤਾਰ 17.5 ਸਾਲ ਰਹੇ, ਕੋਧਰ ਦਾ ਸੜਕਾਂ ਨਾ ਸੀਵਰੇਜ ਨੋ ਲਾਈਟ, ਇੰਨਾ ਇਹਨਾਂ ਨੇ ਰਾਜ ਜਿਹੜਾ ਨਾਸ ਕੀਤਾ, ਮੈਂ ਦੱਸ ਨਹੀਂ ਸਕਦਾ ਤੁਹਾਨੂੰ। ਹੁਣ ਯੰਗ ਬਲੱਡ ਗੁਰਪ੍ਰਤਾਪ ਵਡਾਲਾ ਜੀ 8500 ਵੋਟ 'ਤੇ ਜਿੱਤੇ ਆ, ਔਰ ਅੱਜ 5 ਕਰੋੜ ਰੁਪਏ ਦਾ ਚੈੱਕ ਭਗਤ ਚੁੰਨੀ ਲਾਲ ਜੀ ਕੋਲ ਲੈ ਕੇ ਆਏ ਆ। 17 ਸਾਲ ਤੋਂ ਸਾਡਾ ਨਕੋਦਰ ਸ਼ਹਿਰ ਇੱਕ ਵਿਕਾਸ ਤੋਂ ਵਿਛੜਿਆ ਹੋਇਆ ਸ਼ਹਿਰ ਹੈ। ਅਸੀਂ ਉਮੀਦ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਆਉਣ ਵਾਲੇ ਵਕਤ 'ਚ ਸਾਡੇ ਜਿਵੇਂ ਲੜਕੀਆਂ ਦਾ ਸਕੂਲ ਹੈ ਉਹਦੀ ਖਸਤਾ ਇਮਾਰਤ ਹੈ, 1856 ਦਾ ਸਕੂਲ ਬਣਿਆ ਹੋਇਆ ਪਰ ਸਰਕਾਰ ਵੱਲੋਂ ਕੋਈ ਅੱਗੇ ਧਿਆਨ ਨਹੀਂ ਦਿੱਤਾ ਗਿਆ। ਸਾਡਾ ਲੜਕਿਆਂ ਦਾ ਸਕੂਲ ਹੈ ਉਹਨੂੰ ਅਪਗ੍ਰੇਡ ਦੀ ਜ਼ਰੂਰਤ ਹੈ, ਉਹਦੇ ਲਈ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਕੀਤਾ ਜਾਵੇ। ਉੱਧਰ ਹਲਕੇ ਵਿੱਚ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਹਲਕੇ ਦੇ ਵਿਕਾਸ ਬਾਰੇ ਕੀ ਰਾਏ ਰੱਖਦੇ ਨੇ, ਆਓ ਇਹ ਵੀ ਸੁਣ ਲੈਂਦੇ ਹਾਂ। 5 ਸਾਲਾਂ ਦੇ ਵਿੱਚ ਜਿਹੜਾ ਕਾਂਗਰਸ ਸਰਕਾਰ ਵੇਲੇ ਇੱਥੇ ਸੀਵਰੇਜ ਪਲਾਂਟ ਲਾਉਣ ਦੀ ਪੈਸੇ ਲਿਆਂਦੇ ਗਏ ਸੀਗੇ, ਕੰਮ ਸ਼ੁਰੂ ਕਰਵਾਇਆ ਗਿਆ ਸੀਗਾ, ਪਰ ਜਦੋਂ ਅਕਾਲੀ ਸਰਕਾਰ ਪਿਛਲੇ 5 ਸਾਲਾਂ 'ਚ ਬਣ ਕੇ ਆਈ, ਪਤਾ ਨਹੀਂ ਉਹਨਾਂ ਨੇ ਕਿਹੜੀ ਮਜਬੂਰੀ ਹੇਠ ਉਹ ਜਿਹੜਾ ਸਾਡਾ ਪਲਾਂਟ ਸੀ ਉਹਨੂੰ ਬੰਦ ਕਰਵਾ ਦਿੱਤਾ ਗਿਆ। ਨਕੋਦਰ ਦੇ ਆਲੇ ਦੁਆਲੇ ਦੇ ਪਿੰਡ ਵੀ ਜੋ ਵੀ ਹੈਗੇ ਆ, ਸੜਕਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਆ। ਜਦੋਂ ਕਾਂਗਰਸ ਸਰਕਾਰ ਸੀ, ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਸੀ, ਸਮਰਾ ਸਾਹਿਬ ਸਾਡੇ ਮਿਨਿਸਟਰ ਸੀ, ਅਸੀਂ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਨਕੋਦਰ ਕਾਂਸਟੀਚੁਐਂਸੀ ਦੇ ਵਿੱਚ ਪੈਂਦੇ ਸੀ, ਤਕਰੀਬਨ 70 ਜਾਂ 80 ਸੜਕਾਂ ਬਣਵਾਈਆਂ ਸੀਗੀਆਂ। ਅਤੇ ਮਾਰਕੀਟ ਕਮੇਟੀ ਜਾਂ ਮਾਰਕੀਟ ਮੰਡੀਕਰਨ ਦੇ ਹਿਸਾਬ ਦੇ ਮੁਤਾਬਕ ਜਿਹੜੀਆਂ ਇਹ ਸੜਕਾਂ ਬਣਦੀਆਂ ਹੈਗੀਆਂ, 5 ਸਾਲਾਂ ਬਾਅਦ ਐਟੋਮੈਟਿਕਲੀ ਇਹਨਾਂ ਦੀ ਰਿਪੇਅਰ ਹੋਣੀ ਹੁੰਦੀ ਹੈ ਅਤੇ ਆਪਣੇ ਆਪ ਹੀ ਇਹ ਮਾਰਕੀਟ ਕਮੇਟੀ ਨੇ ਜਾਂ ਮੰਡੀਕਰਨ ਬੋਰਡ ਨੇ ਬਣਾਉਣੀਆਂ ਹੁੰਦੀਆਂ। ਪਰ ਤਕਰੀਬਨ ਪਿਛਲੇ 8-9 ਸਾਲਾਂ ਤੋਂ ਫਿਰ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਵੀ ਉਹ ਸਹੂਲਤ ਨਹੀਂ ਦਿੱਤੀ ਗਈ ਹੈ। ਨਕੋਦਰ ਹਲਕਾ ਦਰੀਆਂ ਕਰਕੇ ਪੂਰੇ ਸੰਸਾਰ ਦੇ ਵਿੱਚ ਪ੍ਰਸਿੱਧ ਸੀ। ਇੱਕ ਵੇਲਾ ਸੀ ਜਦੋਂ ਨਕੋਦਰ ਦੀਆਂ ਦਰੀਆਂ ਕੁੱਲ ਦੁਨੀਆ 'ਚ ਮੰਨੀਆਂ ਜਾਂਦੀਆਂ ਸੀ। ਨਕੋਦਰ ਦਾ ਦਰੀ ਬਾਜ਼ਾਰ ਵੀ ਸੰਸਾਰਕ ਪ੍ਰਸਿੱਧੀ ਹਾਸਲ ਕਰ ਚੁੱਕਿਆ ਸੀ, ਪਰ ਸਮੇਂ ਦੀਆਂ ਸਰਕਾਰਾਂ ਨੇ ਸ਼ਟਰ ਖੱਡੀਆਂ ਦੇ ਧੰਦੇ ਨੂੰ ਨਹੀਂ ਸਾਂਭਿਆ। ਪਾਵਰ ਲੂਮਾਂ ਨੇ 10-10 ਕਾਰੀਗਰਾਂ ਨੂੰ ਵਿਹਲੇ ਕਰ ਦਿੱਤਾ। ਅੱਜ ਆਲਮ ਇਹ ਹੈ ਕਿ ਜਿਹੜੇ ਲੋਕ ਸ਼ਟਰ ਖੱਡੀਆਂ ਰਾਹੀਂ ਦਰੀਆਂ ਬਣਾਉਂਦੇ ਨੇ ਉਹ ਵੀ 2 ਵਕਤ ਦੀ ਰੋਟੀ ਲਈ ਆਵਾਜ਼ਾਰ ਨੇ। ਨਕੋਦਰ ਦਰੀ ਕਾਰੋਬਾਰ ਲਈ ਵੀ ਖਾਸਾ ਪ੍ਰਸਿੱਧ ਸੀ, ਪਰ ਹੁਣ ਇੱਥੇ ਹਾਲਾਤ ਬਹੁਤ ਮਾੜੇ ਨੇ। ਕਦੇ ਕੌਮਾਂਤਰੀ ਬਾਜ਼ਾਰ ਵਿੱਚ ਨਕੋਦਰ ਦੀਆਂ ਦਰੀਆਂ ਵੱਖਰੀ ਪਹਿਚਾਣ ਰੱਖਦੀਆਂ ਸੀ, ਪਰ ਖੱਡੀ ਮਸ਼ੀਨਾਂ ਦੀਆਂ ਇਹ ਦਰੀਆਂ ਹੁਣ ਆਪਣਾ ਬਾਜ਼ਾਰ ਗੁਆ ਚੁੱਕੀਆਂ ਨੇ। ਕਾਟੇਜ ਇੰਡਸਟਰੀ ਦੇ ਨਾਂ 'ਤੇ ਵਿਕਸਿਤ ਹੋਇਆ ਧੰਦਾ ਪਿਛਲੇ 1 ਦਹਾਕੇ ਤੋਂ ਅਜਿਹੇ ਮੰਦੇ ਦਾ ਸ਼ਿਕਾਰ ਹੈ ਕਿ ਬਹੁਤੀਆਂ ਖੱਡੀ ਮਸ਼ੀਨਾਂ ਰੁਕ ਚੁੱਕੀਆਂ ਨੇ। ਜਿਹੜਾ ਅਸੀਂ ਦਰੀ ਦਾ ਕੰਮ ਕਰ ਰਹੇ ਹਾਂ ਇਹ 1947 ਤੋਂ ਵਣ ਤੋਂ ਇੱਧਰ ਸਾਡੇ ਪੇਰੈਂਟਸ ਆਏ ਹਨ ਅਤੇ ਉਦੋਂ ਦੇ ਇਹ ਕੰਮ ਕਰ ਰਹੇ ਹਾਂ। ਆਪਣੇ ਬੱਚਿਆਂ ਨੂੰ ਗਾਂਹ ਤੋਂ ਅਸੀਂ ਸੋਚਦੇ ਵੀ ਇਸ ਕੰਮ ਦੇ ਵਿੱਚ ਨਾ ਪਾਈਏ, ਕਿਉਂਕਿ ਇਹਦੇ ਵਿੱਚ ਤਰੱਕੀ ਹੋਈ ਨਹੀਂ ਹੈ। ਬਸ ਅਸੀਂ ਤਾਂ ਇਹ ਕਹਿੰਦੇ ਬਾਕੀ ਕੋਈ ਸਰਕਾਰ ਵੀ ਕੋਈ ਇੰਨੀ ਮਦਦ ਨਹੀਂ ਕੀਤੀ ਗਈ ਅਤੇ ਗੌਰਮੈਂਟ ਵੀ ਥੋੜ੍ਹੀ ਬਹੁਤੀ ਆਪਣੇ ਮੈਨੂਫੈਕਚਰ ਦੀ ਮਦਦ ਕਰੇ, ਸ਼ਾਇਦ ਇਹ ਥੋੜ੍ਹਾ ਸਟੈਂਡ ਹੋ ਸਕਦਾ। ਲੋਕ ਸਮੇਂ ਦੀਆਂ ਸਰਕਾਰਾਂ ਤੋਂ ਖੱਡੀ ਮਸ਼ੀਨਾਂ ਦੇ ਕਾਰੋਬਾਰ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਸਹਿਯੋਗ ਮੰਗਦੇ ਆ ਰਹੇ ਨੇ, ਪਰ ਸੁਣਨ ਵਾਲਾ ਕੋਈ ਨਹੀਂ ਹੈ। ਦਿਹਾੜੀ ਪਾਸ ਕਰਨ ਵਾਲਾ ਟਾਈਮ ਪਾਸ ਕਰੀਦਾ, 12-1 ਵਜੇ ਅਸੀਂ ਘਾਟ ਚਲੇ ਜਾਈਦਾ, ਬਸ ਹੁਣ ਛੁੱਟੀ ਕਰ ਲੈਣੀ ਅਸੀਂ। ਹਰ ਰੋਜ਼ ਕਿੰਨੇ ਘੰਟੇ ਕੰਮ ਕਰਦੇ ਹੋ ਜੀ? ਘੰਟੇ ਵੇਖ ਲਓ ਤੁਸੀਂ, ਸਵੇਰ ਦੇ ਆਏ ਤਾਂ 1-1.5 ਵਜੇ ਚਲੇ ਜਾਣਾ, ਇੱਕ ਪੁੜਾ ਵੱਟ ਕੇ, ਮਿਹਨਤ ਥੋੜ੍ਹੀ ਹੈ। ਅਤੇ ਇਹ ਕੰਮ ਕਿੰਨੇ ਕੁ ਸਾਲਾਂ ਤੋਂ ਤੁਸੀਂ ਕਰਦੇ ਆ ਰਹੇ ਹੋ? ਜੂੰ ਅਸੀਂ ਆਏ ਇੱਥੇ ਇਹੀ ਕੰਮ ਕਰਨੇ ਆ ਵੀ, ਬਸ ਇਹੀ ਨਲੀਆਂ ਦਾ। ਗੱਲ ਹਲਕਾ ਨਕੋਦਰ ਦੇ ਰਾਜਨੀਤਿਕ ਇਤਿਹਾਸ ਦੀ ਵੀ ਕਰ ਲੈਂਦੇ ਹਾਂ। ਇਹ ਹਲਕਾ ਪਿਛਲੇ ਕਰੀਬ 20 ਸਾਲ ਤੋਂ ਕਾਂਗਰਸ ਦੇ ਹਿੱਸੇ ਆਉਂਦਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪੁਰਾਣੇ ਸਾਥੀ ਕੁਲਦੀਪ ਸਿੰਘ ਵਡਾਲਾ ਵਿਚਾਲੇ ਜਦੋਂ ਰਾਜਨੀਤਿਕ ਸੋਚ ਦਾ ਫਾਸਲਾ ਪਿਆ ਤਾਂ ਉਸ ਮਗਰੋਂ ਇਸ ਹਲਕੇ ਵਿੱਚ ਕਦੇ ਵੀ ਨਾ ਤਾਂ ਅਕਾਲੀ ਦਲ ਬਾਦਲ ਹੀ ਜਿੱਤ ਸਕਿਆ ਅਤੇ ਨਾ ਹੀ ਕਦੇ ਕੁਲਦੀਪ ਸਿੰਘ ਵਡਾਲਾ ਦੇ ਸਮਰਥਨ ਵਾਲਾ ਉਮੀਦਵਾਰ। ਕਾਂਗਰਸ ਦੇ ਅਮਰਜੀਤ ਸਿੰਘ ਸਮਰਾ 4 ਵਾਰ ਵਿਧਾਇਕ ਬਣੇ, ਪਰ ਹਲਕੇ ਦੇ ਵਿਕਾਸ ਬਾਰੇ ਕਿਸੇ ਸਰਕਾਰ ਨੇ ਨਹੀਂ ਸੋਚਿਆ। ਹੁਣ ਇੱਕ ਨਜ਼ਰ ਮਾਰਦੇ ਹਾਂ ਨਕੋਦਰ ਹਲਕੇ ਦੇ ਵੋਟਰਾਂ ਦੇ ਰੁਝਾਨ 'ਤੇ। ਇਸ ਵਾਰ ਹਲਕੇ ਦੇ ਕੁੱਲ 1 ਲੱਖ
68,599 ਵੋਟਰਾਂ ਵਿੱਚੋਂ 61,641 ਵੋਟਰਾਂ ਨੇ ਗੁਰਪ੍ਰਤਾਪ ਵਡਾਲਾ ਤੇ ਭਰੋਸਾ ਪ੍ਰਗਟਾਇਆ। ਗੁਰਪ੍ਰਤਾਪ 8,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਪਹੁੰਚੇ ਨੇ। ਉਹਨਾਂ ਦੀ ਜਿੱਤ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਖਾਸੇ ਖੁਸ਼ ਨੇ। ਉਹ ਸੁਣਦੇ ਆ ਉਹਨਾਂ ਦੇ ਪਿਤਾ ਅਤੇ ਧਰਮ ਪਤਨੀ ਦਾ ਕੀ ਕਹਿਣਾ ਹੈ। ਇਹ ਤਾਂ ਪਹਿਲਾਂ ਤੋਂ ਵੀ ਲੋਕਾਂ ਦੀ ਸੇਵਾ 'ਚ ਲੱਗੇ ਰਹੇ ਆ, ਪਰ ਹੁਣ ਤਾਂ ਚਲੋ ਮੌਕਾ ਮਿਲਿਆ ਤਾਂ ਡਟ ਕੇ ਸੇਵਾ ਕਰਨਗੇ ਤੁਸੀਂ, ਕਿਉਂਕਿ ਨਕੋਦਰ ਸ਼ਹਿਰ ਦਾ ਪੂਰਾ ਹਾਲ ਦੇਖਿਆ ਹੀ ਹੈ। ਉੱਥੇ ਤਾਂ ਬਿਲਕੁਲ ਸ਼ੁਰੂਆਤ, ਮਤਲਬ ਬੇਸ ਤੋਂ ਸ਼ੁਰੂਆਤ ਕਰਨੀ ਪੈਣੀ ਹੈ। ਸੋ ਹੁਣ ਡਟ ਕੇ ਸੇਵਾ ਕਰਾਂਗੇ। ਬਹੁਤ ਹੀ ਸਿੰਪਲ ਹੈਬਿਟਸ ਹੈ, ਲਾਈਕ ਸਾਦਾ ਖਾਣਾ, ਸਾਦਾ ਪਹਿਨਣਾ, ਬਟ ਇਹਨਾਂ ਨੂੰ ਗੇਮਸ ਦਾ, ਰੀਡਿੰਗ ਦਾ ਐਂਡ ਗਾਰਡਨਿੰਗ ਐਂਡ ਹਾਈਕਿੰਗ ਟਰੈਕਿੰਗ ਸ਼ੌਕ ਹੈ। ਪਹਿਲਾਂ ਤਾਂ ਇੰਜੀਨੀਅਰਿੰਗ ਕੀਤੀ, ਮੈਂ ਪਬਲਿਕ ਸਕੂਲ ਭਾਵਨਾ ਵੀ ਪੜ੍ਹਿਆ, ਪਹਿਲਾਂ ਸਟੇਟ ਹਾਊਸ ਪੜ੍ਹਿਆ, ਹੈਮਟਨ ਕੋਟ ਮਸ਼ਹੂਰ ਪੜ੍ਹਿਆ, ਪਰ ਫਿਰ ਇਹ ਵਿਆਹ ਨਹੀਂ ਹੋਇਆ। ਸਾਰਾ ਪਿੰਡ ਗਿਆ ਸਰਪੰਚ ਬਣਾ ਦੇ, ਮੈਂ ਕਿਹਾ ਵਿਆਹ ਕਰਦਾ ਸੀ, ਉਹ ਕਹਿੰਦੇ ਬਣਾਉਣਾ, ਜਿਹਨਾਂ ਨੇ ਮੈਂ ਸਰਪੰਚ ਬਣਿਆ। ਸਾਡੇ ਪਿੰਡ 'ਚ 95% ਸ਼ਡਿਊਲ ਕਾਸਟ ਆ, ਇਹ ਸਾਰੇ ਪਿੰਡ ਇਕੱਠੇ ਹੋ ਗਏ, ਉਹਨਾਂ ਕਿਹਾ ਸਰਪੰਚ ਬਣਾ ਦਿਓ। ਮੈਂ ਸਰਪੰਚ ਮੇਰੀ ਮਰਜ਼ੀ ਹੋਈ, ਜਿਹੜਾ ਬਣਾ ਸਰਪੰਚ ਬਹੁਤ ਚੰਗਾ ਬੰਦਾ ਬੇਚਾਰਾ, ਉਹਨੇ ਕਿਹਾ ਮੇਰੀ ਸਾਰਾ ਪਿੰਡ ਚਲਾ ਫਿਰ ਸਰਪੰਚ ਬਣਾ ਦਿਓ। ਮੈਂ ਕਿਹਾ ਮੈਂ ਬਣਨਾ ਨਹੀਂ, ਮੈਂ ਵੇਲੇ ਹਾਂ। ਸੋ ਇਸ ਕਰਕੇ ਗੁਰਪ੍ਰਤਾਪ ਪਖਾਲਾ ਉਹਨੂੰ ਮੌਕਾ ਮਿਲਿਆ, ਪਰ ਸੇਵਾ ਕਰਨੀ ਚਾਹੀਦੀ ਹੈ। ਇਹ ਉਹਨੂੰ ਸ਼ਕਤੀ ਮਾਰ ਦੇਵੇ, ਉਹਨੂੰ ਸਮਝੇਵੇ, ਉਹਨੂੰ ਹਿੰਮਤ ਦੇਵੇ। ਸਤਿ ਸ਼੍ਰੀ ਅਕਾਲ ਪ੍ਰਧਾਨ ਜੀ, ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ। ਮੈਂ ਹਾਂ ਸੁਰਿੰਦਰ ਡੱਲਾ, ਗੁਰਪ੍ਰਤਾਪ ਸਿੰਘ ਵਡਾਲਾ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਕੁਝ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰਦੇ ਹਾਂ, ਉਹਨਾਂ ਦੀ ਰਾਜਨੀਤਿਕ ਕਾਮਯਾਬੀ ਦੀ ਗੱਲ ਕਰਦੇ ਹਾਂ, ਉਹਨਾਂ ਦੀ ਸੋਚ ਦੀ ਗੱਲ ਕਰਦੇ ਹਾਂ। ਵਡਾਲਾ ਸਾਹਿਬ, ਛੋਟੀ ਉਮਰ ਦੇ ਵਿੱਚ ਪਹਿਲੀ ਵਾਰੀ MLA ਬਣੇ ਹੋ, ਕਿਉਂਕਿ ਰਾਜਨੀਤੀ 'ਚ ਅੱਜ ਕੱਲ੍ਹ ਤੁਹਾਡੀ ਉਮਰ ਛੋਟੀ ਦੀ ਕੈਟਾਗਰੀ ਦੇ ਵਿੱਚ ਆ ਗਈ। ਨਵੇਂ ਨਵੇਂ MLA ਇਸ ਵਾਰ ਬਹੁਤ ਆਏ ਨੇ, ਔਰ ਤੁਸੀਂ ਇੱਕ ਬਹੁਤ ਵੱਡੇ ਕਦ ਨੂੰ ਹਰਾਇਆ, ਅਮਰਜੀਤ ਸਿੰਘ ਸਾਹਿਬ ਨੂੰ। ਕਿੱਡੀ ਵੱਡੀ ਜਿੱਤ ਦੀ ਖੁਸ਼ੀ ਹੈ? ਇਹ ਤਾਂ ਬਹੁਤ ਵੱਡਾ ਅਹਿਸਾਸ ਹੁੰਦਾ ਜਦੋਂ ਕੋਈ ਵੀ ਇਲੈਕਸ਼ਨ ਲੜ ਕੇ MLA ਬਣਦਾ, ਇਲੈਕਸ਼ਨ ਜਿੱਤਦਾ, ਅਤੇ ਉਹਦੀ ਖੁਸ਼ੀ ਦੀ ਸੀਮਾ ਨਹੀਂ ਕੋਈ ਰਹਿੰਦੀ। ਪਰ ਇਹ ਸਾਨੂੰ ਆਪਣੇ ਸਾਡੇ ਪਰਿਵਾਰ ਵਿੱਚ, ਸਾਡੇ ਵਿਰਸੇ ਵਿੱਚ ਇਹ ਸਿਆਸਤ ਸੀਗੀ। ਮੇਰੇ ਪਿਤਾ ਜੀ, ਮੇਰੇ ਦਾਦਾ ਜੀ, ਪੜਦਾਦਾ ਜੀ ਅੰਗਰੇਜ਼ਾਂ ਵੇਲੇ ਵੀ ਉਹਨਾਂ ਨੇ ਆਜ਼ਾਦੀ ਦੀ ਲਹਿਰ ਵਿੱਚ ਯੋਗਦਾਨ ਪਾਇਆ। ਮੇਰੇ ਪੜਦਾਦਾ ਜੀ ਸ਼ਹੀਦ ਹੋਏ ਜੈਤੋਂ ਦੇ ਮੋਰਚੇ ਵਿੱਚ, ਅਤੇ ਮੇਰੇ ਗ੍ਰੈਂਡਫਾਦਰ ਨੂੰ ਕੈਦ ਹੋਈ। ਉਦੋਂ ਤੋਂ ਲੈ ਕੇ ਅਸੀਂ ਆਪਣੇ ਇਸ ਸੇਵਾ ਵਿੱਚ ਜੁੜੇ ਹਾਂ, ਸਾਡੇ ਵਿਰਸੇ ਵਿੱਚ ਹੈ, ਸਾਡੀ ਲੈਗਸੀ ਵਿੱਚ ਹੈ। ਮੈਂ ਆਪਣੀ ਜਿਹੜੀ ਸਿਆਸਤ ਦੀ ਜਿਹੜੀ ਹੈਗੀ ਆ ਸ਼ੁਰੂਆਤ ਪਿੰਡ ਦੇ ਸਰਪੰਚ ਤੋਂ ਸ਼ੁਰੂ ਕੀਤੀ। ਸਾਡਾ ਪਿੰਡ ਵਡਾਲਾ ਜਲੰਧਰ ਦੇ ਨਜ਼ਦੀਕ ਆ, ਅਤੇ ਤਕਰੀਬਨ 95% ਪਾਪੂਲੇਸ਼ਨ ਸਾਡੀ ਭਾਈਚਾਰੇ ਦੀ ਆ, ਸ਼ਡਿਊਲ ਕਾਸਟ ਦੀ ਆ। ਮੈਨੂੰ ਉਹਨਾਂ ਨੇ ਬਹੁਤ ਮਾਣ ਬਖਸ਼ਿਆ। ਕਾਲਜ ਮੈਂ ਅਜੇ ਛੱਡ ਕੇ ਆਇਆ ਸੀਗਾ, ਇੰਜੀਨੀਅਰਿੰਗ ਕਾਲਜ ਦਾ ਮੈਂ ਸਟੂਡੈਂਟ ਹਾਂ, ਅਤੇ ਮੈਨੂੰ ਉਹਨਾਂ ਨੇ ਸਰਬ ਸੰਮਤੀ ਨਾਲ ਸਰਪੰਚ ਬਣਾਇਆ। ਉਸ ਤੋਂ ਬਾਅਦ ਮੈਂ ਬਲੋਕ ਸੰਮਤੀ ਮੈਂਬਰ ਬਣਿਆ, ਅਤੇ ਉਸ ਤੋਂ ਬਾਅਦ ਮੈਂ ਕੋਆਪਰੇਟਿਵ ਮੂਵਮੈਂਟ ਵਿੱਚ ਵੀ ਕਈ ਇਲੈਕਸ਼ਨ ਲੜੀਆਂ, ਕੋਆਪਰੇਟਿਵ ਬੈਂਕ ਦਾ ਡਾਇਰੈਕਟਰ ਬਣਿਆ, ਯੂਥ ਅਕਾਲੀ ਦਲ ਵਿੱਚ ਵੀ ਸੇਵਾ ਨਿਭਾਈ, ਮੈਂ ਜਨਰਲ ਸੈਕਟਰੀ ਹਾਂ ਯੂਥ ਅਕਾਲੀ ਦਲ ਪੰਜਾਬ ਦਾ। ਮੇਰੇ ਕਹਿਣ ਤੋਂ ਭਾਵ ਅਸੀਂ ਬਹੁਤ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹਾਂ, ਪਾਰਟੀ ਦੀ ਸੇਵਾ ਕਰਦੇ ਆ ਰਹੇ ਹਾਂ, ਅਤੇ ਆਪਣੇ ਹਲਕੇ ਦੇ ਨਾਲ ਸਾਡਾ ਬੜਾ ਗੂੜਾ ਅਤੇ ਪੁਰਾਣਾ ਸੰਬੰਧ ਹੈ। ਅਮਰਜੀਤ ਸਿੰਘ, ਸਮਰਾਂ ਨੂੰ ਹਰਾਉਣਾ, ਇਹਦੇ ਪਿੱਛੇ ਕੀ ਕਾਰਨ ਰਿਹਾ? ਕਿਉਂਕਿ ਉਹ ਬਹੁਤ ਵੱਡਾ ਕਦ ਉਹਨਾਂ ਨੂੰ ਮੰਨਿਆ ਜਾਂਦਾ, ਜਾਂ ਇਹ ਕਹਿ ਲਈਏ ਕਿ ਦੁਬਾਰਾ ਜਿਹੜੀ ਤਾਕਤ ਹੈ ਉਹ ਇਕੱਠੀ ਹੋ ਗਈ ਪਿਛਲੇ ਕੁਝ ਸਮੇਂ ਤੋਂ। ਵਡਾਲਾ ਸਾਹਿਬ ਅਤੇ ਬਾਦਲ ਸਾਹਿਬ ਦੀ ਦੋਸਤੀ ਜਿਹੜੀ ਹੋਈ ਹੈ, ਔਰ ਅਕਾਲੀ ਦਲ ਨੂੰ ਵੀ ਫਾਇਦਾ ਹੋਇਆ, ਕਿਉਂਕਿ ਤੁਹਾਡੇ ਤੋਂ ਬਿਨਾਂ ਉਹ ਕਦੀ ਜਿੱਤੇ ਵੀ ਨਹੀਂ ਇੱਥੇ। ਜਿਹੜੇ ਅਮਰਜੀਤ ਸਿੰਘ ਸਮਰਾ ਸਾਡਾ ਵਿਰੋਧੀ ਕੈਂਡੀਡੇਟ ਸੀ, ਜਦੋਂ ਬਣਿਆ ਵੀ ਆ ਉਦੋਂ ਵੀ ਅਕਾਲੀ ਦਲ ਦੀ ਫੁੱਟ ਕਰਕੇ ਬਣਿਆ। 97 ਵਿੱਚ ਜਦੋਂ MLA ਬਣਿਆ, ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਹੈ, ਬਾਦਲ ਸਾਹਿਬ CM ਬਣੇ ਨੇ, ਉਦੋਂ ਵਡਾਲਾ ਸਾਹਿਬ ਅਕਾਲੀ ਦਲ ਤੋਂ ਵੱਖ ਹੋ ਗਏ ਸੀਗੇ। ਬਦਕਿਸਮਤੀ ਸੀ ਉਸ ਵੇਲੇ, ਇਸ ਕਰਕੇ ਉਹਨੂੰ ਮੌਕਾ ਮਿਲ ਗਿਆ MLA ਬਣਨ ਦਾ। ਅਸੀਂ ਸਮਝਦੇ ਹਾਂ ਕੋਈ ਉਹਦੇ ਵਿੱਚ ਕੋਈ ਬਹੁਤੇ ਲੀਡਰ ਵਾਲੇ ਗੁਣ ਨਹੀਂ ਹੈ। ਅਮਰਜੀਤ ਸਿੰਘ ਸਮਰਾ ਬਿਜ਼ਨਸਮੈਨ ਹੈ, ਪਰ ਚਲੋ ਅਸੀਂ ਨੁਕਤਾਚੀਨੀ ਨਹੀਂ ਕਰਦੇ, ਆਪਣੇ ਵਿਰੋਧੀ ਦੀ ਪਰਸਨਲ ਗੱਲ ਨਹੀਂ ਕਰਦੇ, ਆਪਣਾ ਇਹ ਬਣਦਾ ਨਹੀਂ, ਹੱਕ ਨਹੀਂ ਬਣਦਾ। ਅਤੇ ਲੇਕਿਨ ਜਿਹੜੀ ਸਾਡੀ ਸੇਵਾ ਆ, ਸਾਡੀ ਪਿਛਲੇ 5 ਸਾਲਾਂ ਦੀ ਜਾਂ ਪਿਛਲੀ ਆਪਣੇ ਲੰਬੇ ਸਮੇਂ ਤੋਂ ਜਿਹੜੀ ਲੋਕਾਂ ਦੇ ਨਾਲ ਸਾਡਾ ਰਾਬਤਾ ਆ, ਨੇੜਤਾ, ਪਿਆਰ ਆ, ਸਾਂਝ ਆ, ਉਹੀ ਆਪਣੇ ਇਸ ਇਲੈਕਸ਼ਨ ਵਿੱਚ ਵਧੀਆ ਰਿਜ਼ਲਟ ਲੈ ਕੇ ਆਈ ਹੈ। ਪਿਛਲੀ ਜਿਹੜੀ ਸਰਕਾਰ ਸੀ ਉਹਦੀ ਬਹੁਤ ਚੰਗੀ ਕਾਰਗੁਜ਼ਾਰੀ ਰਹੀ ਹੈ ਬਾਦਲ ਸਾਹਿਬ ਦੀ, ਸਰਦਾਰ ਸੁਖਬੀਰ ਸਿੰਘ ਬਾਦਲ ਦੀ, ਅਤੇ ਲੋਕ ਆਪਣੇ ਉਹਨਾਂ ਦੀ ਜਿਹੜੀ ਉਸ ਸੇਵਾ ਤੋਂ ਬਹੁਤ ਹੀ ਸੰਤੁਸ਼ਟ ਸਨ ਪੰਜਾਬੀ। ਅਤੇ ਇਸ ਇਲੈਕਸ਼ਨ ਵਿੱਚ ਸਾਰੇ ਵਰਗਾਂ ਨੇ, ਸਾਰੇ ਭਾਈਚਾਰਿਆਂ ਨੇ, ਸਾਰੇ ਧਰਮਾਂ ਨੇ ਅਕਾਲੀ ਦਲ ਨੂੰ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ, ਜਿਹਦੇ ਕਰਕੇ ਬੜੀ ਸ਼ਾਨਦਾਰ ਜਿੱਤ ਹਾਸਲ ਹੋਈ ਹੈ। ਲੇਕਿਨ ਅਸੀਂ ਆਪਣੀ ਜਿਹੜੀ ਆਪਣੀ ਜਿੱਤ ਆ, ਸਭ ਤੋਂ ਵੱਡਾ ਸਿਹਰਾ ਤਾਂ ਨਕੋਦਰ ਦੇ ਵੋਟਰਾਂ ਦੇ, ਉਹਨਾਂ ਦੇ ਸਿਰ ਬਣਦਾ ਆ, ਨਕੋਦਰ ਦੀ ਜਨਤਾ ਦਾ ਬਣਦਾ ਆ, ਅਤੇ ਨਾਲ ਅਸੀਂ ਸਮਝਦੇ ਹਾਂ ਜਿਹੜੀ ਅਸੀਂ ਲਗਾਤਾਰ ਸੇਵਾ ਕਰਦੇ ਰਹੇ ਹਾਂ, ਹਲਕੇ ਦੇ ਵਿਕਾਸ ਦੇ ਨਾਲ ਜੁੜੇ ਰਹੇ ਹਾਂ,
ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਦੇ ਆਏ ਹਾਂ। ਉਹਦੇ ਕਰਕੇ ਲੋਕਾਂ ਨੇ ਸਾਨੂੰ ਮੌਕਾ ਦਿੱਤਾ, ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਨਕੋਦਰ ਕਾਫੀ ਪਛੜ ਗਿਆ ਕਿਉਂਕਿ ਅਕਾਲੀ ਦਲ ਦੀ ਨੁਮਾਇੰਦਗੀ ਇੱਥੇ ਹੋਈ ਨਹੀਂ ਬਹੁਤ ਚੰਗੀ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ। ਸੋ ਇਹ ਬਹੁਤ ਵੱਡੀਆਂ ਚੁਣੌਤੀਆਂ ਨੇ ਜਿਹੜੀਆਂ, ਇਹ ਕਿੰਨੀ ਕੁ ਛੇਤੀ ਪਾਰ ਲਾਉਂਗੇ? ਕਿਉਂਕਿ ਲੋਕਾਂ ਨੂੰ ਬਹੁਤ ਉਮੀਦਾਂ ਨੇ, ਇਸ ਵਾਰ ਵੀ ਤੁਹਾਡੀ ਸਰਕਾਰ ਦੁਬਾਰਾ ਆਈ ਹੈ, ਲੋਕ ਚਾਹੁੰਦੇ ਨੇ ਕਿ ਛੇਤੀ ਛੇਤੀ ਕੰਮ ਹੋਣ। ਲੋਕਾਂ ਦੀਆਂ ਆਸਾਂ ਬੜੀਆਂ ਹੁੰਦੀਆਂ ਜੀ, ਬਹੁਤ ਐਕਸਪੈਕਟੇਸ਼ਨਸ ਹੈ ਲੋਕਾਂ ਦੀਆਂ, ਸਪੈਸ਼ਲੀ ਪੋਲੀਟੀਕਲ ਲੀਡਰਸ ਤੋਂ, ਸਰਕਾਰਾਂ ਤੋਂ। ਲੇਕਿਨ ਇਹ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਅਸੀਂ ਲੋਕ ਸੇਵਾ 'ਚ ਬਿਲਕੁਲ ਸੇਵਾ ਕਰਨ ਆਏ ਹਾਂ। ਸਾਡਾ ਕੋਈ ਹੋਰ ਮੋਟਿਵ ਨੇਗਾ, ਕੋਈ ਸਾਡਾ ਮਨੋਰਥ ਨੇਗਾ, ਅਸੀਂ ਨਾ ਕੋਈ ਇਹਨੂੰ ਕੋਈ ਧੰਦਾ ਸਮਝਦੇ ਹਾਂ। ਅਸੀਂ ਤਾਂ ਸਮਝਦੇ ਹਾਂ ਵੀ ਗਰੀਬਾਂ ਦਾ ਭਲਾ ਕਰਨਾ, ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨਾ ਅਤੇ ਹਲਕੇ ਦਾ ਵਿਕਾਸ ਕਰਨਾ। ਜਿਹੜਾ ਬੇਸਿਕ ਇਨਫਰਾਸਟਰਕਚਰ ਆ, ਬੁਨਿਆਦੀ ਢਾਂਚਾ ਆ, ਉਹ ਲੋਕਾਂ ਦਾ ਹਰ ਘਰ ਘਰ ਤੱਕ ਲੈ ਕੇ ਜਾਣਾ। ਜਿਹੜੀਆਂ ਅਕਾਲੀ ਦਲ ਦੀਆਂ ਸਕੀਮਾਂ ਨੇ, ਪੋਲਸੀਜ਼ ਨੇ, ਪ੍ਰੋਗਰਾਮ ਨੇ, ਮੈਨੀਫੈਸਟੋ ਜਿਹੜਾ ਰਿਲੀਜ਼ ਹੋਇਆ, ਉਹਦਾ ਹਰ ਘਰ ਨੂੰ ਉਹਦਾ ਫਾਇਦਾ ਦੇ ਕੇ ਜਾਣਾ। ਅਤੇ ਇਹ ਸਾਨੂੰ ਆਸ ਹੈ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਾਂਗੇ, ਲੋਕਾਂ ਦੇ ਮਸਲੇ ਹੱਲ ਕਰਾਂਗੇ। ਅਤੇ ਇਹ ਆਉਣ ਵਾਲੇ 5 ਸਾਲਾਂ 'ਚ ਕਰਕੇ ਸਾਨੂੰ ਪਿਛਲਾ ਵੀ 5 ਸਾਲ ਦਾ ਹੈੱਡ ਸਟਾਰਟ ਮਿਲ ਗਿਆ, ਕਹਿ ਲਓ ਸਰਕਾਰ ਆਪਣੀ ਸੀ ਦੁਬਾਰਾ ਫਿਰ ਬਣ ਗਈ, ਬਹੁਤੀ ਉਹਦੇ ਵਿੱਚ ਵਿਘਨ ਨਹੀਂ ਪਈ। ਅਤੇ ਉਹਦੇ ਕਰਕੇ ਆਉਣ ਵਾਲੇ 5 ਸਾਲਾਂ 'ਚ ਜਿਹੜੇ ਮੇਨ ਮਸਲੇ ਨੇ ਨਕੋਦਰ ਹਲਕੇ ਦੇ ਜਾਂ ਲੋਕਾਂ ਦੇ, ਅਸੀਂ ਉਹ ਜ਼ਰੂਰ ਆਸਵੰਦ ਹਾਂ, ਕੌਨਫੀਡੈਂਟ ਹਾਂ ਵੀ ਅਸੀਂ ਉਹ ਮਸਲੇ ਹੱਲ ਕਰਾਵਾਂਗੇ। ਜੇ ਗੱਲ ਕਰੀਏ ਜਲੰਧਰ ਦੇ ਵਿੱਚ, ਕਾਂਗਰਸ ਦਾ ਸਫਾਇਆ ਹੋ ਗਿਆ, ਅਕਾਲੀ ਬੀਜੇਪੀ ਸਾਰੀਆਂ ਜਗ੍ਹਾ 'ਤੇ ਜਿੱਤੀ ਹੈ, ਔਰ ਹੁਣ ਤੁਸੀਂ ਜਦੋਂ ਸਰਕਾਰ ਦੇ ਵਿੱਚ ਆ ਗਏ ਹੋ, ਤੁਸੀਂ ਵਿਧਾਨ ਸਭਾ ਦੇ ਵਿੱਚ ਆ ਗਏ ਹੋ, ਔਰ ਸਰਕਾਰ ਬਹੁਤ ਨਵੇਂ ਚਿਹਰਿਆਂ ਨਾਲ ਭਰੀ ਹੋਈ ਹੈ, ਬਦਲਾਅ ਕਿੰਨਾ ਕੁ ਤੁਹਾਨੂੰ ਲੱਗਦਾ ਹੈ? ਕਿਉਂਕਿ ਤੁਸੀਂ ਬਹੁਤ ਸਰਕਾਰਾਂ ਦੇਖੀਆਂ ਨੇ, ਹੁਣ ਜਦੋਂ ਆਪ ਹਿੱਸਾ ਬਣੇ ਹੋ, ਬਦਲਾਅ ਕਿੰਨਾ ਕੁ ਲੱਗਦਾ ਹੈ ਰਾਜਨੀਤੀ ਦੇ ਚਿਹਰੇ ਦੇ ਵਿੱਚ? ਦੇਖੋ, ਐਤਕੀ ਜਿਹੜਾ ਬਹੁਤ ਵੱਡਾ ਇੱਕ ਫੈਕਟਰ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਸਾਹਮਣੇ ਆਇਆ, ਉਹ ਹੈਗਾ ਯੂਥ ਫੈਕਟਰ। ਜਿਹੜੇ ਕਹਿ ਲਓ ਫਸਟ ਟਾਈਮਰਸ ਵੀ ਕਹਿ ਲਓ, ਜਾਂ ਜਿਹੜਾ ਮਤਲਬ ਏਜ ਗਰੁੱਪ ਦੇ ਹਿਸਾਬ ਨਾਲ ਬਹੁਤ ਯੰਗ MLA ਬਣੇ ਨੇ ਆਪਣੇ ਪਾਰਟੀਆਂ ਦੇ, ਉਹਦੇ ਨਾਲ ਬੜਾ ਉਤਸ਼ਾਹ ਆ ਸਾਰੇ MLAs ਵਿੱਚ ਕੰਮ ਕਰਨ ਦਾ, ਸੇਵਾ ਕਰਨ ਦਾ। ਅਕਾਲੀ ਦਲ ਦੇ ਵਿੱਚ ਵੀ, BJP ਵਿੱਚ ਵੀ, ਕਾਂਗਰਸ ਵਿੱਚ ਹੀ ਕਹੂੰਗਾ ਮੈਂ, ਉਹਨਾਂ ਵਿੱਚ ਵੀ ਹੈਗਾ ਆ ਜਿਹੜੇ MLA ਆਏ ਨੇ। ਸੋ ਮੈਨੂੰ ਲੱਗਦਾ ਵੀ ਐਤਕੀ ਜਿਹੜਾ ਮਾਹੌਲ ਆ ਇਸ ਅਸੈਂਬਲੀ ਦਾ, ਪਿਛਲੀਆਂ ਅਸੈਂਬਲੀਆਂ ਨਾਲ ਕਾਫੀ ਆਪਣੇ ਉਹਦੇ ਨਾਲ ਫਰਕ ਰਹੂਗਾ, ਡਿਫਰੈਂਟ ਹੋਊਗਾ। ਕਰਕੇ ਜਿਹੜੇ ਯੂਥ ਆ, ਉਹ ਯੂਥ ਦੀ ਸੋਚ ਬੜੀ ਪ੍ਰੋਗਰੈਸਿਵ ਆ, ਯੂਥ ਬੜਾ ਐਗਰੈਸਿਵ ਹੁੰਦਾ, ਅਤੇ ਯੂਥ ਚਾਹੁੰਦਾ ਆ ਵੀ ਆਪਣੇ ਕੋਲ ਰਿਜ਼ਲਟ ਓਰੀਐਂਟਡ ਕੰਮ ਕਰਕੇ ਦਿਖਾਉਣਾ, ਕੋਈ ਮਤਲਬ ਇੱਦਾਂ ਦੀ ਸੇਵਾ ਕਰਨੀ ਜਿਹਦਾ ਕੋਈ ਰਿਜ਼ਲਟ ਨਿਕਲੇ, ਜਿਹੜੇ ਲੋਕਾਂ ਨੂੰ ਜਿਸ ਗੱਲ ਦਾ ਸਿੱਧਾ ਫਾਇਦਾ ਹੋਵੇ। ਸੋ ਇਹ ਆਪਣੇ ਬੜਾ ਪੋਜ਼ੀਟਿਵ ਫੈਕਟਰ ਆ ਇਸ ਅਸੈਂਬਲੀ ਦਾ, ਜਿਹੜਾ ਕਿ ਆਪਣੇ ਬਹੁਤ ਸਾਰੇ ਐਸੇ ਕੈਂਡੀਡੇਟ ਜਿਹੜੇ ਯੂਥ ਦੇ ਬ੍ਰੈਕਟ ਵਿੱਚ ਆਉਂਦੇ ਨੇ, ਉਹ ਜਿੱਤ ਕੇ ਅਤੇ ਵਿਧਾਨ ਸਭਾ 'ਚ ਗਏ ਨੇ। ਵਡਾਲਾ ਸਾਹਿਬ, ਇੱਕ ਹੋਰ ਬਹੁਤ ਨਿੱਜੀ ਸਵਾਲ ਹੈ, ਖਾਹਿਸ਼ ਪੈਦਾ ਹੁੰਦੀ ਹੈ ਜਦੋਂ ਪਹਿਲੀ ਵਾਰੀ MLA ਬਣਦੇ ਹਾਂ ਕਿ ਫੌਰਨ ਅਸੀਂ ਮੰਤਰੀ ਵੀ ਬਣ ਜਾਈਏ ਜਾਂ ਸੰਸਦੀ ਸਕੱਤਰ ਬਣ ਜਾਈਏ, ਤਾਂ ਕਿ ਥੋੜ੍ਹੀ ਤਾਕਤ ਵਧੇ? ਵੈਸੇ ਤਾਂ ਸਰਕਾਰ ਦੇ MLA ਕੋਲ ਤਾਕਤ ਹੁੰਦੀ ਹੈ ਅੱਜ ਦੇ ਸਮੇਂ 'ਚ। ਦੇਖੋ, ਕੁਦਰਤੀ ਤੌਰ 'ਤੇ ਨੈਚੁਰਲ ਆ, ਕੋਈ ਵੀ ਇਲੈਕਟਿਡ ਮੈਂਬਰ ਜਦੋਂ ਕਿਸੇ ਵੀ ਉਹਦੇ ਬੋਡੀ ਦਾ ਨੁਮਾਇੰਦਾ ਬਣਦਾ, ਉਹਦੇ ਮਨ ਦੇ ਵਿੱਚ ਇੱਕ ਖੁਆਇਸ਼ ਹੁੰਦੀ ਹੈ, ਇੰਸਪਾਇਰ ਕਰਦਾ ਵੀ ਮੈਂ ਇਹ ਤੋਂ ਅੱਗੇ ਵੀ ਵਧਾਂ, ਅਤੇ ਮੈਂ ਕੋਈ ਹੋਰ ਵੀ ਜ਼ਿੰਮੇਵਾਰੀ ਮੈਨੂੰ ਪਾਰਟੀ ਦੇਵੇ ਅਤੇ ਮੈਂ ਜ਼ਿੰਮੇਵਾਰੀ ਨਿਭਾਵਾਂ, ਚਾਹੇ ਉਹ ਆਪਣੇ ਕੈਬਨਿਟ ਦਾ ਸਟੇਟਸ ਹੋਵੇ ਜਾਂ ਚੀਫ ਪਾਰਲੀਮੈਂਟ ਸੈਕਟਰੀ ਹੋਵੇ। ਇਹ ਤਾਂ ਇਟ ਇਜ਼ ਬਟ ਨੈਚੁਰਲ, ਹਰ ਇੱਕ ਦੇ ਮਨ 'ਚ ਜ਼ਰੂਰ ਆਊਗੀ। ਲੇਕਿਨ ਅਸੀਂ ਤਾਂ ਚਲੋ ਬਹੁਤ ਲੰਬੇ ਸਮੇਂ ਤੋਂ ਪੋਲੀਟਿਕਸ ਨਾਲ ਜੁੜੇ ਹਾਂ, ਅਤੇ ਮੈਂ ਜਿਹੜੀ ਪਰਸਨਲ ਅਗਰ ਮੈਨੂੰ ਪੁੱਛੋ ਤਾਂ, ਜੇ ਤੁਸੀਂ ਇਹ ਸਵਾਲ ਕੀਤਾ, ਬੜਾ ਚੰਗਾ ਕੁਐਸਚਨ ਹੈ ਤੁਹਾਡਾ, ਤਾਂ ਮੈਂ ਸਮਝੂੰਗਾ ਵੀ ਮੈਂ ਬਹੁਤ ਸੈਟਿਸਫਾਈਡ ਹਾਂ ਐਜ਼ MLA ਬਣ ਕੇ, ਬਿਕੋਜ਼ ਜਿਹੜੇ ਲੋਕਾਂ ਨੇ ਮੈਨੂੰ ਮਾਣ ਬਖਸ਼ਿਆ, ਇਹ ਤੋਂ ਵੱਡਾ ਹੋਰ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਬਾਕੀ ਜਿਹੜੀ ਵੀ ਜ਼ਿੰਮੇਵਾਰੀ ਪਾਰਟੀ ਲਾਊਗੀ ਇਨ ਐਨੀ ਸਫੀਅਰ, ਇਨ ਐਨੀ ਫੀਲਡ, ਜਾਂ ਕਿਸੇ ਵੀ ਪੋਜੀਸ਼ਨ 'ਤੇ, ਬੜੇ ਤਨਦੇਹੀ ਨਾਲ, ਸਿੰਸੀਅਰਲੀ, ਡੈਡੀਕੇਸ਼ਨ ਨਾਲ ਨਿਭਾਵਾਂਗੇ, ਓਨੈਸਟੀ ਨਾਲ ਨਿਭਾਵਾਂਗੇ। ਇਹ ਇੱਕ ਨਵੀਆਂ ਜੋੜੀਆਂ ਵੀ ਤਿਆਰ ਹੋਈਆਂ ਨੇ, ਬਾਦਲ ਸਾਹਿਬ ਤੋਂ ਚਲੋ ਮੁੱਖ ਮੰਤਰੀ ਨੇ, ਜਿਵੇਂ ਢੀਂਡਸਾ ਸਾਹਿਬ ਨੇ, ਔਰ ਤੁਹਾਡੇ ਫਾਦਰ ਸਾਹਿਬ ਨੇ, ਸਾਰਿਆਂ ਦਾ ਪਾਰਟੀ 'ਚ ਬਹੁਤ ਯੋਗਦਾਨ ਹੈ। ਢੀਂਡਸਾ ਸਾਹਿਬ ਵੀ ਅੱਗੇ ਆ ਗਏ ਨੇ, ਦੂਜੀ ਜਨਰੇਸ਼ਨ, ਤੁਹਾਡੇ ਪਰਿਵਾਰ 'ਚੋਂ ਵੀ ਤੁਸੀਂ ਆ ਗਏ ਹੋ, ਸੁਖਬੀਰ ਬਾਦਲ ਵੀ ਡਿਪਟੀ ਮੁੱਖ ਮੰਤਰੀ ਬਣ ਗਏ ਨੇ। ਸੋ ਇਹ ਇੱਕ ਜਿਹੜੀ ਨਵੀਂ ਰੀਤ ਹੈ, ਇਹ ਕਿੰਨਾ ਕੁ ਚੰਗਾ ਰੁਝਾਨ ਦੇਗੀ? ਇਹ ਤਾਂ ਮੈਂ ਸਮਝਦਾ ਜੀ, ਇਹਦਾ ਬੜਾ ਫਾਇਦਾ ਹੋਣਾ ਆ ਲੋਕਾਂ ਨੂੰ ਵੀ ਅਤੇ ਪੋਲੀਟਿਕਸ ਨੂੰ ਵੀ। ਕਰਕੇ ਉਹ ਜਿਹੜੇ ਪਰਿਵਾਰ ਜਿਨ੍ਹਾਂ ਦਾ ਬੜਾ ਲੰਬਾ ਸਮਾਂ ਰਾਜਨੀਤੀ ਨਾਲ ਸੰਬੰਧ ਰਿਹਾ, ਨਾਤਾ ਰਿਹਾ, ਉਹਨਾਂ ਦੇ ਜਿਹੜੇ ਗਾਂਹ ਬੱਚੇ ਅੱਗੇ ਆ ਰਹੇ ਆ, ਉਹਨਾਂ ਦਾ ਐਕਸਪੀਰੀਅੰਸ ਵੀ ਬਜ਼ੁਰਗਾਂ ਦਾ ਸਾਡੇ ਕੋਲ ਹੈਗਾ ਆ, ਜਿੱਦਾਂ ਵਡਾਲਾ ਸਾਹਿਬ ਦਾ ਬੜਾ ਸਾਰੀ ਉਮਰ ਦਾ ਤਜਰਬਾ, ਬੜਾ ਕੁਛ ਸਿੱਖਿਆ ਸੀ ਰਾਜਨੀਤੀ ਉਹਨਾਂ ਤੋਂ ਸਿੱਖੀ ਆ। ਕਹਿ ਲਓ ਚਲੋ ਬਾਦਲ ਸਾਹਿਬ ਆਪਣੇ ਭਿਸ਼ਮ ਪਿਤਾਮਾ ਨੇ ਪੰਜਾਬ ਦੀ ਰਾਜਨੀਤੀ ਦੇ, ਉਹਨਾਂ ਤੋਂ ਸਾਰਿਆਂ ਨੇ ਬੜਾ ਕੁਛ ਸਿੱਖਿਆ। ਅਤੇ ਪਰ ਜਿਹੜੇ ਜਿਹੜੇ ਵੀ ਪਰਿਵਾਰ ਦੇ ਆਪਣੇ ਨੌਜਵਾਨ ਨੇਤਾ ਅੱਗੇ ਆਏ ਨੇ ਇਹਨਾਂ ਇਲੈਕਸ਼ਨ ਦੇ ਵਿੱਚ, ਜਾਂ ਵੈਸੇ ਵੀ ਕੰਮ ਕਰ ਰਹੇ ਨੇ ਪਾਰਟੀ 'ਚ ਕੰਮ ਕਰਨ, ਚਾਹੇ MLA ਨਾ ਵੀ ਹੋਣ, ਇਹਦਾ ਆਪਣੇ ਲੋਕਾਂ ਨੂੰ ਫਾਇਦਾ ਹੋਊਗਾ, ਰਾਜਨੀਤੀ ਵਾਸਤੇ ਵੀ ਇਹਦੇ ਜਿਹੜੇ ਆ ਸੰਕੇਤ ਆ, ਜਾਂ ਇਹਦੇ ਮਤਲਬ ਰਿਜ਼ਲਟ ਆ, ਚੰਗੇ ਨਿਕਲਣਗੇ।
ਨਿੱਜੀ ਜ਼ਿੰਦਗੀ 'ਤੇ ਆ ਜਾਵਾਂ, ਖਾਹਿਸ਼ ਕੀ ਹੈ? ਹੁਣ ਐਮ ਐਲ ਏ ਬਣ ਗਏ ਹੋ ਪਰ ਜ਼ਿੰਦਗੀ ਦੀਆਂ ਬਾਕੀ ਖਾਹਿਸ਼ਾਂ ਤਾਂ ਬਰਕਰਾਰ ਨੇ। ਇਹ ਤਾਂ ਹੈ ਜੀ, ਪੋਲੀਟਿਕਸ ਇੱਕ ਬੜਾ ਟਾਈਮ ਕੰਜ਼ਿਊਮਿੰਗ ਹੈਗਾ ਜੀ ਸਬਜੈਕਟ ਆ। ਮਤਲਬ ਜੇ ਕਹਿ ਲਓ 24/7 ਵੀ ਕੰਮ ਕਰ ਲਈਏ ਤਾਂ ਵੀ ਥੋੜ੍ਹਾ, ਲੋਕਾਂ ਦੀਆਂ ਇੰਨੀਆਂ ਮੰਗਾਂ ਨੇ, ਇੰਨੀਆਂ ਲੋਕਾਂ ਦੀਆਂ ਆਸਾਂ ਨੇ, ਕਰਕੇ ਬਹੁਤ ਲੰਬੇ ਸਮੇਂ ਤੋਂ ਇੱਥੇ ਕੁਛ ਹੋਇਆ ਨਹੀਂ, ਆਪਣੇ ਇੰਡੀਆ 'ਚ ਕਹਿ ਲਓ ਜਾਂ ਪੰਜਾਬ 'ਚ ਕਹਿ ਲਓ, ਰਾਜਨੀਤੀ ਸਾਰੀ ਰਲਦੀ ਮਿਲਦੀ ਹੈ ਸਾਰੇ ਸੂਬਿਆਂ ਦੀ, ਚਾਹੇ ਪੰਜਾਬ ਬੜਾ ਪ੍ਰੋਗਰੈਸਿਵ ਸਟੇਟ ਆ ਇੰਡੀਆ ਦਾ, ਪਰ ਹਜੇ ਵੀ ਬੜਾ ਕੁਛ ਹੋਣ ਵਾਲਾ ਇੱਥੇ। ਉਹਦੇ ਕਰਕੇ ਸਾਨੂੰ ਟਾਈਮ ਬਹੁਤ ਡਿਵੋਟ ਕਰਨਾ ਪੈਂਦਾ ਪਬਲਿਕ ਕੌਜ਼ ਲਈ, ਲੋਕ ਸੇਵਾ ਲਈ, ਅਤੇ ਆਪਣੇ ਪਰਿਵਾਰ ਵਾਸਤੇ ਸਮਾਂ ਨਹੀਂ ਰਹਿੰਦਾ। ਹੁਣ ਯਾਦ ਕਰਦੇ ਹਾਂ ਵੀ ਆਪਣਾ ਜਿਹੜਾ ਪੁਰਾਣਾ ਪਹਿਲਾ ਸਮਾਂ ਸੀ ਯੂਥ, ਜਦੋਂ ਸਕੂਲ ਸੀਗੇ ਕਾਲਜ ਸੀਗੇ, ਉਸ ਵੇਲੇ ਜਿਹੜੀ ਹੋਬੀ ਸੀਗੀਆਂ ਬੜਾ ਦਿਲ ਕਰਦਾ ਸੀ ਉਹਨਾਂ ਨੂੰ, ਹੋਬੀਜ਼ ਨੂੰ ਆਪਣਾ ਨਾ ਹੀ ਕਰਨ ਦਾ, ਆਪਣੇ ਉਹਦੇ ਵਿੱਚ ਆਪਣਾ ਟਾਈਮ ਸਪੈਂਡ ਕਰਨ ਦਾ, ਲੇਕਿਨ ਉਹ ਨਹੀਂ ਮਿਲਦਾ, ਅਸੀਂ ਉਹਨੂੰ ਮਿਸ ਕਰਦੇ ਹਾਂ। ਦੂਸਰੀ ਗੱਲ, ਆਪਣੀ ਫੈਮਿਲੀ ਲਾਈਫ ਨੂੰ ਬੜਾ ਮਿਸ ਕਰਦੇ ਹਾਂ, ਦਿਲ ਜ਼ਰੂਰ ਕਰਦਾ ਵੀ ਫੈਮਿਲੀ ਦੇ ਨਾਲ ਵੀ ਆਪਣਾ ਟਾਈਮ ਸਪੈਂਡ ਕਰੀਏ, ਪਰ ਚਲੋ ਇਹ ਬੈਲੈਂਸ ਕਰਨਾ ਪੈਣਾ, ਇਟ ਇਜ਼ ਅ ਬੈਲੈਂਸਿੰਗ ਐਕਟ ਦੈਟ ਯੂ ਹੈਵ ਟੂ ਕੈਰੀ ਨਾਓ, ਪਬਲਿਕ ਦੀ ਸੇਵਾ ਵੀ, ਪਰਿਵਾਰ ਦੀ ਵੀ, ਆਪਣੀ ਹੋਬੀਜ਼ ਵੀ, ਸ਼ੌਂਕ ਵੀ, ਅਤੇ ਆਪਣਾ ਜਿਹੜਾ ਕੋਈ ਸਾਡਾ ਬਿਜ਼ਨਸ ਆ ਜਾਂ ਕੋਈ ਪ੍ਰੋਫੈਸ਼ਨ ਹੈ ਕਰਦਾ ਉਹ ਵੀ ਨਾਲ, ਲਗਾਤਾਰ ਇਹ ਸਾਰੀਆਂ ਗੱਲਾਂ ਜਿਹੜੇ ਸਾਰੇ ਕੰਮ ਨਾਲ ਨਾਲ ਹੀ ਚਲਾਵਾਂਗੇ। ਹੈ ਤਾਂ ਬੜਾ ਮੁਸ਼ਕਲ, ਪਰ ਜ਼ਰੂਰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੀਆਂ ਸ਼ੁਭੇਚਛਾਵਾਂ ਨੇ ਜੀ ਕਿ ਸਾਰਾ ਕੁਛ ਵਧੀਆ ਬੈਲੈਂਸ ਹੋਵੇ, ਔਰ ਰਾਜਨੀਤੀ ਦਾ ਚੱਕਾ ਵੀ ਤੁਸੀਂ ਬੈਲੈਂਸ ਰੱਖੋ। ਬਹੁਤ 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 ਧੰਨਵਾਦ ਤੁਹਾਡਾ ਜੀ, ਸਾਰੀ ਜੀ ਪੰਜਾਬੀ ਟੀਮ ਦਾ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਗੁਰਪ੍ਰਤਾਪ ਸਿੰਘ ਵਡਾਲਾ, ਜਿਹੜੇ ਰਾਜਨੀਤੀ ਦੇ ਵਿੱਚ ਔਰ ਆਪਣੀ ਜ਼ਿੰਦਗੀ ਦੇ ਸਾਰੇ ਕੰਮਾਂ ਕਾਰਾਂ ਦੇ ਵਿੱਚ ਇੱਕ ਚੰਗਾ ਬੈਲੈਂਸ ਰੱਖਣਾ ਚਾਹੁੰਦੇ ਨੇ। ਇੰਜੀਨੀਅਰ ਨੇ, ਅਜਿਹੇ MLA ਪੰਜਾਬ ਨੂੰ ਮਿਲੇ ਨੇ। ਸੋ ਵਿਧਾਨ ਸਭਾ ਇਸ ਵਾਰ ਬਦਲੀ ਬਦਲੀ ਨਜ਼ਰ ਆ ਰਹੀ ਹੈ, ਉਮੀਦ ਕਰਦੇ ਹਾਂ ਨਤੀਜੇ ਚੰਗੇ ਆਉਣਗੇ। ਇਸ ਪ੍ਰੋਗਰਾਮ ਵਿੱਚ ਅਸੀਂ ਵੱਖ ਵੱਖ ਰਾਜਨੀਤਿਕ ਹਸਤੀਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ, ਤੁਸੀਂ ਆਪਣੇ ਸੁਝਾਅ ਸਾਨੂੰ ਈਮੇਲ ਰਾਹੀਂ ਭੇਜ ਸਕਦੇ ਹੋ।